ਸਤਿ ਸ਼੍ਰੀ ਅਕਾਲ ਵੈਲਕਮ ਟੂ ਬਲੂਬਰਡ ਟ੍ਰੀਵੋ ਮੈਂ ਜਤਿੰਦਰ ਸਿੰਘ ਅੱਜ ਤੁਹਾਡੇ ਨਾਲ ਜੋ ਅਸੀਂ ਅਪਡੇਟ ਸ਼ੇਅਰ ਕਰਨ ਲੱਗੇ ਹਾਂ ਉਹ ਹੈ ਯੂਕੇ ਤੋਂ ਕਿ ਯੂਕੇ ਤੋਂ ਵੀਜ਼ਾ ਸਕਸੈਸ ਰੇਟ ਅੱਜ ਦੀ ਡੇਟ 'ਚ ਕਿਵੇਂ ਦੀ ਚੱਲ ਰਹੀ ਹੈ ਕਿ ਯੂਕੇ 'ਚ ਜੋ ਵੀਜ਼ਾ ਅਪਲਾਈ ਹੋ ਰਹੇ ਨੇ ਉਹ ਆ ਰਹੇ ਨੇ ਕਿ ਨਹੀਂ ਆ ਰਹੇ ਅਤੇ ਕਿਵੇਂ ਦੀ ਪ੍ਰੋਫਾਈਲ 'ਤੇ ਵੀਜ਼ਾ ਆ ਰਹੇ ਨੇ ਇਹ ਦੋ ਵੀਜ਼ਾ ਯੂਕੇ ਦੇ ਜੋ ਰੀਸੈਂਟ ਆਏ ਨੇ ਦੋਵਾਂ ਦਾ ਟਰੈਵਲ ਪਲਾਨ ਜੋ ਸ਼ੁਰੂ ਹੋ ਰਿਹਾ ਉਹ ਅਪ੍ਰੈਲ ਦੇ ਵਿੱਚ ਹੋ ਰਿਹਾ ਇੱਕ ਦਾ 3 ਅਪ੍ਰੈਲ ਤੋਂ ਹੈ ਦੂਜਿਆਂ ਦਾ 13 ਅਪ੍ਰੈਲ ਤੋਂ ਹੈ ਅਤੇ ਵੀਜ਼ਾ ਹੁਣੇ ਇਸੇ ਮੰਥ ਹੀ ਸਾਡੇ ਦੋਵੇਂ ਅਪਰੂਵ ਹੋਏ ਨੇ ਅਤੇ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ ਇਹਨਾਂ 'ਚ ਜਿਹੜੀ ਆਹ ਪ੍ਰੋਫਾਈਲ ਹੈ ਸੰਦੀਪ ਚੈਲ ਦੀ ਇਹ ਪ੍ਰੋਫਾਈਲ ਦੇ ਵਿੱਚ ਬਿਲਕੁਲ ਫਰੈਸ਼ ਪਾਸਪੋਰਟ 'ਤੇ ਵੀਜ਼ਾ ਆਇਆ ਹੋਇਆ ਅਤੇ ਫਰੈਸ਼ ਪਾਸਪੋਰਟ 'ਤੇ ਵੀਜ਼ਾ ਪੋਸੀਬਲ ਹੈਗਾ ਜੇ ਤੁਸੀਂ ਵੀ ਆਪਣਾ ਯੂਕੇ ਦਾ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਤਾਂ ਕੁਛ ਗੱਲਾਂ ਦਾ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਜਿਵੇਂ ਕਿ ਇੱਕ ਤਾਂ ਤੁਹਾਡੀ ਇਨਕਮ ਵਧੀਆ ਹੋਣੀ ਚਾਹੀਦੀ ਹੈ ਇਨਕਮ ਵਧੀਆ ਦਾ ਮੀਨਸ ਹੈ ਕਿ ਤੁਹਾਡੀ ਸੈਲਰੀ ਜਾਂ ਬਿਜ਼ਨਸ ਹੈ ਤਾਂ ਪ੍ਰੋਪਰ ਅਕਾਊਂਟ ਦੇ ਵਿੱਚ ਆ ਰਹੀ ਹੋਵੇ ਦੈਨ ਆਫਟਰ ਤੁਹਾਡੀ ਜਿਹੜੀ ਇਨਕਮ ਪਰੂਫ ਨੇ ਉਹ ਤੁਹਾਡੇ ਕੋਲ ਪ੍ਰੋਪਰ ਹੋਣ ਉਸ ਤੋਂ ਬਾਅਦ ਜਿਹੜੇ ਤੁਹਾਡੇ ਫੰਡਸ ਨੇ ਉਹ ਤੁਹਾਡੇ ਕੋਲ ਮੇਨਟੇਨ ਹੋਣ ਜੇ ਇਹ ਚੀਜ਼ਾਂ ਦੀ ਰਿਕੁਆਇਰਮੈਂਟ ਤੁਸੀਂ ਪੂਰੀ ਕਰ ਰਹੇ ਹੋ ਤੁਹਾਡੀ ITR ਫਿਲ ਹੈਗੀ ਆ ਪ੍ਰੋਪਰ ਡਾਕੂਮੈਂਟ ਤੁਹਾਡੇ ਕੋਲ ਹੈਗੇ ਨੇ ਕੰਪਲੀਟ ਚੈੱਕਲਿਸਟ ਜੋ ਯੂਕੇ ਲਈ ਚਾਹੀਦੀ ਉਹ ਹੈਵੇ ਦੈਨ ਤੁਸੀਂ ਆਪਣਾ ਯੂਕੇ ਦਾ ਵੀਜ਼ਾ ਅਪਲਾਈ ਕਰ ਸਕਦੇ ਯੂਕੇ ਦੇ ਵਿੱਚ ਵੀਜ਼ਾ ਲੈਣਾ ਈਜ਼ੀ ਹੈ ਅਤੇ ਫਰੈਸ਼ ਪਾਸਪੋਰਟ 'ਤੇ ਵੀਜ਼ਾ ਆ ਜਾਂਦਾ ਯੂਕੇ ਦੇ ਵਿੱਚ ਵੀਜ਼ਾ ਲੈਣਾ ਈਜ਼ੀ ਹੈ ਅਤੇ ਫਰੈਸ਼ ਪਾਸਪੋਰਟ 'ਤੇ ਵੀਜ਼ਾ ਆ ਜਾਂਦਾ ਬਸ ਸਿਰਫ ਇਸੇ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜਿਹੜਾ ਵੀਜ਼ਾ ਤੁਸੀਂ ਅਪਲਾਈ ਕਰਨਾ ਉਸ ਟਾਈਮ ਤੁਹਾਡੇ ਕੋਲ ਡਾਕੂਮੈਂਟ ਜਿਹੜੇ ਨੇ ਉਹ ਪ੍ਰੋਪਰ ਹੋਣੇ ਚਾਹੀਦੇ ਨੇ ਭਾਵੇਂ ਤੁਹਾਡੇ ਕੋਲ ਟਰੈਵਲ ਹਿਸਟਰੀ ਨਹੀਂ ਵੀ ਹੈ ਤਾਂ ਵੀ ਤੁਹਾਡਾ ਵੀਜ਼ਾ ਲੱਗ ਸਕਦਾ ਫਿਰ ਵੀ ਤੁਹਾਨੂੰ ਵੀਜ਼ਾ ਮਿਲ ਸਕਦਾ ਈਵਨ ਤੁਸੀਂ ਪਹਿਲਾਂ ਕਿਸੇ ਹੋਰ ਕੰਟਰੀਜ਼ ਤੋਂ ਰਿਫਿਊਜ਼ ਵੀ ਹੋ ਜੇ ਤੁਸੀਂ ਸ਼ੈਂਗਨ ਤੋਂ ਬਾਰ ਬਾਰ ਰਿਫਿਊਜ਼ ਹੋਏ ਹੋ ਜੇ ਤੁਸੀਂ ਬਾਰ ਬਾਰ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ ਹੋ ਰਹੇ ਹੋ ਦੈਨ ਤੁਸੀਂ ਯੂਕੇ 'ਚ ਅਪਲਾਈ ਕਰ ਸਕਦੇ ਜੇ ਤੁਹਾਡੇ ਕੋਲ ਫੰਡਿੰਗ ਅਤੇ ਤੁਹਾਡੇ ਇਨਕਮ ਪਰੂਫ ਪ੍ਰੋਪਰ ਹੈਗੇ ਨੇ ਉਸ ਬੇਸ 'ਤੇ ਤੁਸੀਂ ਆਪਣਾ ਵੀਜ਼ਾ ਜੋ ਹੈ ਕੱਢ ਸਕਦੇ ਹੋ ਤੁਹਾਨੂੰ ਵੀਜ਼ਾ ਈਜ਼ਲੀ ਮਿਲ ਸਕਦਾ ਹੈ ਜੇ ਇਨਫੋਰਮੇਸ਼ਨ ਤੁਹਾਨੂੰ ਕੰਮ ਦੀ ਲੱਗੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।